ਕਾਂਗਰਸ ਦਾ ਐਮਪੀ ਜੋ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਉਸ ਦੇ ਘਰ ਦੇ ਵਿੱਚੋਂ 200 ਕਰੋੜ ਰੁਪਏ ਮਿਲੇ ਨੇ ਨੋਟਾਂ ਨੂੰ ਗਿਣਦਿਆਂ-ਗਿਣਦਿਆਂ ਇਨਕਮ ਟੈਕਸ ਵਿਭਾਗ ਦੀ ਮਸ਼ੀਨ ਤਾਂ ਖਰਾਬ ਹੋ ਗਈ ਕਾਂਗਰਸ ਦੇ ਐਮਪੀ ਦੇ ਘਰੋਂ ਮਿਲੇ ਨੇ 200 ਕਰੋੜ ਰੁਪਏ ਜੀ ਹਾਂ ਤੁਸੀਂ ਸਹੀ ਸੁਣਿਆ ਕਾਂਗਰਸ ਦਾ ਐਮਪੀ ਜੋ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਉਸ ਦੇ ਘਰ ਦੇ ਵਿੱਚੋਂ 200 ਕਰੋੜ ਰੁਪਏ ਮਿਲੇ ਨੇ ਔਰ ਇਹਨਾਂ ਨੋਟਾਂ ਨੂੰ ਗਿਣਦਿਆਂ ਗਿਣਦਿਆਂ ਇਨਕਮ ਟੈਕਸ ਵਿਭਾਗ ਦੀ ਮਸ਼ੀਨ ਤਾਂ ਖਰਾਬ ਹੋ ਗਈ ਨਵੀਆਂ ਮਸ਼ੀਨਾਂ ਮੰਗਾਉਣੀਆਂ ਪਈਆਂ ਪਰ ਨੋਟ ਅਜੇ ਵੀ ਗਿਣਨ ਤੋਂ ਖਤਮ ਨਹੀਂ ਹੋ ਰਹੇ ਔਰ 157 ਬੈਗ ਮੰਗਾ ਕੇ ਇਹਨਾਂ ਨੋਟਾਂ ਨੂੰ ਟਰੱਕਾਂ ਦੇ ਵਿੱਚ ਭਰ-ਭਰ ਕੇ ਭੇਜਿਆ ਜਾ ਰਿਹਾ ਹੈ ਦੇਸੀ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਕਾਂਗਰਸ ਦੇ ਐਮਪੀ ਦੇ ਘਰ ਦੇ ਵਿੱਚ ਨੋ ਅਲਮਾਰੀਆਂ ਦੇ ਵਿੱਚ ਇਹ ਨੋਟ ਪਏ ਹੋਏ ਸੀ ਜਿਸ ਦੇ ਵਿੱਚ 500 100 ਤੇ 200 ਦੇ ਜੋ ਨੋਟਾਂ ਦੇ ਬੰਡਲ ਨੇ ਉਹ ਬਰਾਮਦ ਕੀਤੇ ਗਏ ਨੇ ਇਨਕਮ ਟੈਕਸ ਵਿਭਾਗ ਨੇ ਜਦੋਂ ਛਾਪਾ ਮਾਰਿਆ ਤਾਂ ਇਨਕਮ ਟੈਕਸ ਵਿਭਾਗ ਵੀ ਹੱਕਾ ਬੱਕਾ ਰਹਿ ਗਿਆ ਕਿ ਕਿਵੇਂ ਕੋਈ ਘਰ ਦੇ ਵਿੱਚ ਇੰਨੇ ਪੈਸੇ ਰੱਖ ਸਕਦਾ ਹੈ ਹਾਲਾਂਕਿ ਰੇਡ ਅਜੇ ਵੀ ਜਾਰੀ ਹੈ ਅਜੇ ਵੀ ਨੋਟਾਂ ਦੀ ਗਿਣਤੀ ਲਗਾਤਾਰ ਜਾਰੀ ਹੈ ਪਰ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਜੋ ਰਾਸ਼ੀ ਹੈ ਇਹ 200 ਕਰੋੜ ਤੱਕ ਦੀ ਪਹੁੰਚ ਚੁੱਕੀ ਹੈ ਜੋ 200 ਕਰੋੜ ਦਾ ਕੈਸ਼ ਆ ਹੁਣ ਤੱਕ ਇਹ ਐਸਟੀਮੇਟ ਬਣ ਚੁੱਕਿਆ ਪਰ ਇਹ ਅੱਗੇ ਵੱਧ ਵੀ ਸਕਦਾ ਹੈ ਦੱਸਿਆ ਜਾ ਰਿਹਾ ਹੈ ਕਿ ਨੋਟ ਇੰਨੇ ਜ਼ਿਆਦਾ ਨੇ ਕਿ ਇਹ ਅਮਾਉਂਟ ਇਹ ਪੈਸਾ ਹੋਰ ਵੱਧ ਸਕਦਾ ਹੈ ਇਸ ਦੇ ਵਿੱਚ ਹੋਰ ਵਾਧਾ ਹੋ ਸਕਦਾ ਹੈ ਤਾਂ ਕਾਂਗਰਸ ਦਾ ਇਹ ਐਮਪੀ ਰਾਜ ਸਭਾ ਦਾ ਐਮਪੀ ਜੋ ਦੇਸੀ ਸ਼ਰਾਬ ਦਾ ਕਾਰੋਬਾਰ ਕਰਦਾ ਹੈ ਉਸ ਦੇ ਘਰ ਦੇ ਵਿੱਚ ਇੰਨਾ ਪੈਸਾ ਜੋ ਉਸ ਦੇ ਨਜਾਇਜ਼ ਤੌਰ ਦੇ ਉੱਤੇ ਰੱਖਿਆ ਹੋਇਆ ਸੀ ਹਾਲਾਂਕਿ ਜੇਕਰ ਕੋਈ ਵਿਅਕਤੀ ਪੈਸਾ ਕਮਾਉਂਦਾ ਹੈ ਜੇਕਰ ਕੋਈ ਵਿਅਕਤੀ ਬਿਜ਼ਨਸ ਕਰਦਾ ਹੈ ਤਾਂ ਉਸ ਨੂੰ ਇਹ ਪੈਸਾ ਆਪਣੇ ਖਾਤੇ 'ਚ ਜਮ੍ਹਾਂ ਕਰਾਉਣਾ ਚਾਹੀਦਾ ਉਸ ਨੂੰ ਇਨਕਮ ਟੈਕਸ ਭਰਨਾ ਚਾਹੀਦਾ ਪਰ ਇਸ ਦੇ ਵੱਲੋਂ ਇਹ ਕਾਲਾ ਧਨ ਰੱਖਿਆ ਹੋਇਆ ਸੀ ਘਰ ਦੇ ਵਿੱਚ ਹੀ ਅਲਮਾਰੀਆਂ ਦੇ ਵਿੱਚ ਇਹ ਪੈਸੇ ਰੱਖੇ ਹੋਏ ਸੀ ਇੱਕ ਆਮ ਵਿਅਕਤੀ ਦੇ ਘਰ ਦੇ ਵਿੱਚ ਇੱਕ ਅਲਮਾਰੀ ਹੁੰਦੀ ਹੈ ਉਸ ਦੇ ਵਿੱਚ ਛੋਟਾ ਜਿਹਾ ਖਾਨਾ ਹੁੰਦਾ ਉਸ ਦੇ ਵਿੱਚ ਮਹਿਜ਼ ਕਿੰਨੇ ਪੈਸੇ ਬੰਦਾ ਰੱਖ ਸਕਦਾ ਕੋਈ ਆਮ ਬੰਦਾ ਆਪਣੇ ਵਰਗਾ ਤੁਹਾਡੇ ਵਰਗਾ ਇੱਕ ਘਰ ਦੇ ਵਿੱਚ ਲੱਖ ਰੁਪਏ ਰੱਖ ਲੂ 2 ਲੱਖ ਰੁਪਏ ਰੱਖ ਲੂ ਪਰ ਇਹ ਵਿਅਕਤੀ ਨੇ ਤਾਂ 1 ਕਰੋੜ ਨਹੀਂ 2 ਕਰੋੜ ਨਹੀਂ 50 ਕਰੋੜ ਨਹੀਂ 100 ਕਰੋੜ ਨਹੀਂ 200 ਕਰੋੜ ਆਪਣੇ ਦਫਤਰ ਦੇ ਵਿੱਚ ਰੱਖਿਆ ਹੋਇਆ ਸੀ ਔਰ ਜਦੋਂ ਇਨਕਮ ਟੈਕਸ ਨੇ ਰੇਡ ਮਾਰੀ ਤਾਂ ਉਹ ਹੱਕੇ ਬੱਕੇ ਰਹਿ ਗਏ ਇੰਨਾ ਪੈਸਾ ਵੇਖ ਕੇ ਇੰਨੀ ਅਮਾਉਂਟ ਵੇਖ ਕੇ ਕਾਂਗਰਸ ਦਾ ਇਹ ਐਮਪੀ ਹੈ ਜਿਸ ਦੇ ਘਰ ਦੇ ਵਿੱਚੋਂ ਇਹ ਪੈਸੇ ਬਰਾਮਦ ਹੋਏ ਨੇ ਧੀਰਜ ਸਾਹੂ ਇਸ ਦਾ ਨਾਮ ਹੈ ਔਰ ਇਹ ਜੋ ਝਾਰਖੰਡ ਤੋਂ ਕਾਂਗਰਸ ਦਾ ਰਾਜ ਸਭਾ ਦਾ ਸੰਸਦ ਹੈ ਜੋ ਧੀਰਜ ਸਾਹੂ ਹੈ ਇਹ ਸ਼ਰਾਬ ਦਾ ਕੰਮ ਕਰਦਾ ਹੈ ਹਾਲਾਂਕਿ ਜੋ ਇਨਕਮ ਟੈਕਸ ਦੀ ਜੋ ਟੀਮ ਪਹੁੰਚੀ ਹੈ ਇਹ 10 10 10 ਵੱਖਰੇ ਵੱਖਰੇ ਟਿਕਾਣਿਆਂ ਦੇ ਉੱਤੇ ਰੇਡ ਚੱਲ ਰਹੀ ਹੈ ਅਜੇ ਵੀ ਰੇਡ ਜਾਰੀ ਹੈ ਔਰ ਤੁਹਾਨੂੰ ਇਹ ਦੱਸ ਦਿੰਦੇ ਆ ਕਿ ਇਹਨਾਂ ਦੀ ਕੰਪਨੀ ਦਾ ਨਾਮ ਜੋ ਹੈ ਉਹ ਨਾਮ ਹੈ ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਆਂ ਜਿਹੜੇ ਕਿ ਬੋਲੰਗੀਰ ਤੋਂ ਮਹਿਜ਼ 30 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹਨਾਂ ਦਾ ਸਤਪੂੜਾ ਦੇ ਵਿੱਚ ਦਫ਼ਤਰ ਹੈ ਜਿਸ ਦੇ ਵਿੱਚ 200 ਕਰੋੜ ਰੁਪਇਆ ਪੈਸਾ ਉਹਨਾਂ ਨੇ ਰੱਖਿਆ ਹੋਇਆ ਸੀ 500 आ, दे दे 200 ਦੇ 100 ਦੇ ਨੋਟਾਂ ਦੀਆਂ ਜਿਹੜੀਆਂ ਗੱਡੀਆਂ ਨੇ ਇਹ ਪਈਆਂ ਹੋਈਆਂ ਸੀ ਨੋਅ ਅਲਮਾਰੀਆਂ ਦੇ ਵਿੱਚ ਨੋਟ ਭਰੇ ਹੋਏ ਸੀ ਤੇ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਛਾਪੇਮਾਰੀ ਦੱਸੀ ਜਾ ਰਹੀ ਹੈ ਹੁਣ ਤੱਕ ਦੀ ਇਹ ਸਭ ਤੋਂ ਵੱਡੀ ਛਾਪੇਮਾਰੀ ਇਨਕਮ ਟੈਕਸ ਵਿਭਾਗ ਦੀ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ 200 ਕਰੋੜ ਰੁਪਇਆ ਜੋ ਬਰਾਮਦ ਕੀਤਾ ਗਿਆ ਇਸ ਤੋਂ ਇਲਾਵਾ ਤੋਂ ਦੱਸ ਦਿੰਦੇ ਆ ਕਿਸੇ ਛਾਪੇ ਮਾਰੀ ਦੇ ਵਿੱਚ ਬਲਦੇਵ ਸਾਹੂ ਐਂਡ ਗਰੁੱਪ ਆਫ ਕੰਪਨੀਆਂਜ਼ ਦੇ ਵਿੱਚ ਇਹ ਦੇਸੀ ਸ਼ਰਾਬ ਜੋ ਹੈ ਉਹ ਬਣਾਉਣ ਦਾ ਕੰਮ ਕਰਦੇ ਨੇ ਔਰ ਅੱਗੇ ਜਿਹੜੀ ਇਹਨਾਂ ਦੇ ਵੱਲੋਂ ਸ਼ਰਾਬ ਵੇਚੀ ਜਾਂਦੀ ਹੈ ਤਾਂ ਇਨਕਮ ਟੈਕਸ ਵਿਭਾਗ ਦੇ ਵੱਲੋਂ ਉਹਨਾਂ ਦੀਆਂ 40 ਟੀਮਾਂ ਸਵੇਰੇ 6:30 6 ਵਜੇ ਤੋਂ ਲੱਗੀਆਂ ਹੋਈਆਂ ਸੀ 40 ਟੀਮਾਂ 6:30 ਵਜੇ ਤੋਂ ਇਹ ਰੇਡ ਮਾਰ ਰਹੀਆਂ ਨੇ ਔਰ ਅਜੇ ਵੀ ਇਹ ਰੇਡ جاری ਹੈ ਔਰ ਇਸ ਰੇਡ ਤੋਂ ਬਾਅਦ ਜੋ ਖੁਲਾਸੇ ਹੋਏ ਨੇ ਕਿ ਨੋਟਾਂ ਦੀ ਗਿਣਤੀ ਇੰਨੀ ਜ਼ਿਆਦਾ ਸੀ ਕਿ 157 ਬੈਗ ਮੰਗਾਣੇ ਪਏ ਨੋਟਾਂ ਦੀ ਮਸ਼ੀਨ ਜੋ ਹੈ ਉਹ ਖਰਾਬ ਹੋ ਗਈ ਗਿਣਦੇ ਗਿਣਦੇ ਨੋਟ ਜਿਹੜੇ ਨੇ ਉਹ ਨਹੀਂ ਖਤਮ ਹੋਏ ਪਰ ਮਸ਼ੀਨ ਖਰਾਬ ਹੋ ਗਈ ਤਾਂ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਕਿਹੜੀ ਕਿਹੜੀ ਥਾਵਾਂ ਦੇ ਵਿੱਚ ਰੇਡ ਚੱਲ ਰਹੀ ਹੈ 오ਡੀਸਾ ਦੇ ਵਿੱਚ ਚੱਲ ਰਹੀ ਹੈ ਬੋਧ ਬੋਲੰਗੀਰ ਰਾਏਗੜਾ ਸੰਬਲਪੁਰ ਦੇ ਵਿੱਚ ਰੇਡ ਚੱਲ ਰਹੀ ਹੈ ਝਾਰਖੰਡ ਦੇ ਵਿੱਚ ਰਾਂਚੀ ਦੇ ਵਿੱਚ ਰੇਡ ਚੱਲ ਰਹੀ ਹੈ ਬੰਗਾਲ ਦੇ ਵਿੱਚ ਕੋਲਕਾਟਾ ਦੇ ਵਿੱਚ ਰੇਡ ਚੱਲ ਰਹੀ ਹੈ ਤਾਂ ਵੱਖ-ਵੱਖ ਠਿਕਾਣਿਆਂ ਦੇ ਉੱਤੇ ਇਹ ਰੇਡ ਚੱਲ ਰਹੀ ਹੈ ਔਰ ਇਸੀ ਰੇਟ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਨੇ ਟਿੱਪਣੀ ਕਰ ਦਿੱਤੀ ਹੈ ਪੀਐਮ ਮੋਦੀ ਨੇ ਟਿੱਪਣੀ ਕੀਤੀ ਹੈ ਇਸ ਰੇਟ ਦੇ ਉੱਤੇ ਪੀਐਮ ਮੋਦੀ ਦਾ ਕਹਿਣਾ ਹੈ ਕਿ ਆਹ ਵੇਖ ਲਓ ਦੇਸ਼ ਵਾਸੀਓ ਇਹ ਨੋਟੋ ਕੇ ਢੇਰ ਕੋ ਦੇਖੇ ਔਰ ਫਿਰ ਇਨ ਨੇਤਾਵੋ ਕੇ ਇਮਾਨਦਾਰੀ ਕੇ ਭਾਸ਼ਣੋ ਕੋ ਸੁਨੇ ਪੀਐਮ ਮੋਦੀ ਕਹਿੰਦੇ ਨੇ ਕਿ ਪਹਿਲਾ ਇਨਾ ਨੋਟਾਂ ਦੇ ਢੇਰਾਂ ਨੂੰ ਵੇਖੋ ਤੇ ਫਿਰ ਇਨਾ ਇਮਾਨਦਾਰ ਲੀਡਰਾਂ ਦੇ ਭਾਸ਼ਣਾਂ ਨੂੰ ਸੁਨੋ ਤਾਂ ਕਹਿੰਦੇ ਕਿ ਜੋ ਜਨਤਾ ਤੋਂ ਲੁੱਟਿਆ ਹੋਇਆ ਪੈਸਾ ਹੈ ਉਹ ਜਨਤਾ ਨੂੰ ਹੀ ਲੁਟਾਣਾ ਪਊਗਾ ਉਹ ਚਿੰਤਾ ਨੂੰ ਹੀ ਦੇਣਾ ਪਊਗਾ ਇਹ ਮੋਦੀ ਦੀ ਗਰੰਟੀ ਹੈ ਤਾਂ ਪੀਐਮ ਮੋਦੀ ਤੱਕ ਨੇ ਇਸ ਰੇਡ ਨੂੰ ਲੈ ਕੇ ਟਵੀਟ ਕੀਤਾ ਹੈ ਪੀਐਮ ਮੋਦੀ ਤੱਕ ਨੇ ਇਹ ਸਵਾਲ ਚੁੱਕੇ ਨੇ ਤਾਂ ਇਹ ਨੋਟਾਂ ਦੀ ਜੋ ਤੁਸੀਂ ਤਸਵੀਰ ਵੇਖ ਰਹੇ ਹੋ ਇਦਾਂ ਦੇਖ ਜਾਪਦਾ ਕੀ ਇਹ ਕਿਸੇ ਸਟਰੋਂਗ ਰੂਮ ਦੀ ਕੋਈ ਬੈਂਕ ਦੀ ਤਸਵੀਰ ਹੋਵੇ ਕੋਈ ਬੈਂਕ ਦਾ ਇਹ ਰੂਮ ਹੋਵੇ ਕੋਈ ਬੈਂਕ ਦਾ ਇਹ ਲੋਕਰ ਰੂਮ ਹੋਵੇ ਖਜ਼ਾਨਾ ਰੂਮ ਹੋਵੇ ਪਰ ਇਹ ਇੱਕ ਸ਼ਰਾਬ ਦੇਸੀ ਸ਼ਰਾਬ ਕਾਰੋਬਾਰੀ ਜੋ ਕਿ ਕਾਂਗਰਸ ਦਾ ਐਮਪੀ ਹੈ ਉਸ ਦੇ ਘਰ ਦੇ ਵਿੱਚੋਂ ਇਬਰਾਮਦਗੀ ਹੋਈ ਹੈ